ਤੁਸੀਂ ਲੜ ਰਹੇ ਹੋ, ਤੁਸੀਂ ਦਿਖਾ ਰਹੇ ਹੋ ਮੈਂ ਇਹ ਆਸੂ ਗੈਸ ਦਾ ਗੋਲਾ ਇੱਥੇ ਆਇਆ ਹੈ। ਐਡੀ ਸੀਰੀਅਸ ਖਬਰ ਨੂੰ ਤੁਸੀਂ ਆਪਸ ਵਿੱਚ ਲੜੀ ਜਾਂਦੇ ਹੋ। ਦੋ ਤਿੰਨ ਸੀਨੀਅਰ ਪੱਤਰਕਾਰ ਜਿਹੜੇ ਆ ਉਹ ਜਿਵੇਂ ਝਪੱਟਾ ਨਹੀਂ ਮਾਰਦੇ, ਜਿਵੇਂ ਬੱਚੇ ਇੱਕ ਦੂਜੇ ਤੋਂ ਹੋਲੀ ਵਾਲੇ ਰੰਗ ਖੋਹਦੇ ਹੁੰਦੇ ਆ, ਜਿਵੇਂ ਗੁਬਾਰੇ ਦੇ ਪਿੱਛੇ ਆਪਾਂ ਭਾਈ ਨਹੀਂ ਲੈਂਦੇ ਵੀ ਮੈਂ ਝਪੱਟਾ ਮਾਰ ਕੇ ਖੋਲਾਂ। ਲੋਰੈਂਸ ਬਿਸ਼ਨੋਈ ਨੇ ਆਪਣੇ ਹੱਥ ਪਿੱਛੇ ਖਿੱਚ ਲਏ ਨੇ, ਲੋਰੈਂਸ ਬਿਸ਼ਨੋਈ ਨੇ ਆਪਣੇ ਹੱਥ ਪਿੱਛੇ ਖਿੱਚ ਲਏ ਨੇ। ਮੈਂ ਤੁਹਾਨੂੰ ਦੱਸਣਾ ਚਾਹ ਰਿਹਾ, ਲੋਰੈਂਸ ਬਿਸ਼ਨੋਈ ਨੇ ਆਪਣੇ ਹੱਥ ਪਿੱਛੇ ਖਿੱਚ ਲਏ ਨੇ। ਇੱਕ ਦੂਜੇ ਤੋਂ ਖੋ ਕੇ ਤੁਸੀਂ ਕੀ ਦਿਖਾਉਣਾ ਚਾਹੁੰਦੇ ਹੋ? ਤੁਸੀਂ ਗੱਲ ਹੀ ਦੱਸਣੀ ਨਾ, ਤੁਸੀਂ ਆਪਣੇ ਤਰੀਕੇ ਨਾਲ ਹੋਰ ਐਂਗਲ ਦੱਸ ਦਿਓ। ਬੜੀ ਰੀਲ ਵੀ ਵਾਇਰਲ ਹੋ ਰਹੀ ਹੈ ਇੰਸਟਾਗ੍ਰਾਮ ਤੇ ਵੀ ਤੇ ਫੇਸਬੁੱਕ ਤੇ ਵੀ ਜੀ। ਹੱਸਦੇ ਲੋਕ ਹੱਸਦੇ ਨੇ ਵੀ ਯਾਰ ਇਹ ਕੀ ਜਲੂਸ ਕੱਢੀ ਜਾਂਦੀ। ਜਗਪ੍ਰੀਤ ਜੀ ਸਤਿ ਸ਼੍ਰੀ ਅਕਾਲ, ਕਿਵੇਂ ਹੋ? ਠੀਕ ਹੋ? ਬਹੁਤ ਵਧੀਆ ਭਗਤਾ, ਤੁਸੀਂ ਸੁਣਾਓ। ਜੋ ਕੱਲ ਸੰਸਦ ਦੇ ਵਿੱਚ ਵਾਪਰਿਆ ਗਿਆ ਤਾਂ ਤੁਸੀਂ ਉਹ ਦੇਖਿਆ ਹੋਣਾ, ਦ੍ਰਿਸ਼ ਵੀ ਦੇਖਿਆ ਹੋਣਾ ਕਿ ਉਹ ਪਟਾਕਾ ਨੂੰ ਮਾ ਜਿਹੜੇ ਬੰਬ ਚਲਾਏ ਗਏ ਜਿਹੜੇ ਹੋਲੀ ਵਾਲੇ ਦਿਨਾਂ ਦੇ ਵਿੱਚ ਟੀਅਰ ਗੈਸ ਜੀ, ਹਾਂ ਉਹ ਚੱਲੇ ਨੇ, ਪਰ ਉਹ ਧਮਾਕਾ ਜਿਹੜਾ ਉੱਥੇ ਹੋਇਆ ਉਹ ਵੱਖਰੀ ਗੱਲ ਆ, ਉਹ ਇੱਕ ਖਬਰ ਅਲੱਗ ਹੈ। ਪਰ ਜਿਸ ਖਬਰ ਦੇ ਉੱਤੇ ਆਪਾਂ ਗੱਲ ਕਰਨ ਲੱਗੇ ਹਾਂ ਕਿ ਵੀ ਮੀਡੀਆ ਜਿਸਨੂੰ ਅਸੀਂ ਅਕਸਰ ਕਹਿੰਦੇ ਹਾਂ ਕਿ ਮੋਦੀ ਮੀਡੀਆ ਅਤੇ ਗੋਦੀ ਮੀਡੀਆ ਅਤੇ ਫਲਾਣਾ ਮੀਡੀਆ, ਅਤੇ ਉਹ ਸੰਸਦ ਦੇ ਬਾਹਰ ਜੋ ਕੁਝ ਵਾਪਰਿਆ ਕਿ ਉਸੇ ਬੰਬ ਨੂੰ ਚੱਕ ਕੇ ਉਹ ਜਿਹਦੇ 'ਚ ਕਲਰ ਜਾਂ ਨਿਕਲਦਾ ਪੀ ਲਈ ਡੱਬੀ ਜੀ ਚੱਕ ਕੇ, ਕਿ ਮੀਡੀਆ ਕਰਮੀ ਆਪਸ ਦੇ ਵਿੱਚ ਲੱਤੋਂ ਮੁੱਕੀ ਹੋਈ ਜਾਂਦੇ ਨੇ। ਭਗਤ ਜੀ ਦਿਖਾਉਣ ਦੀ ਦੌੜ ਹੈ ਨਾ, ਹਾਂ ਵੀ ਮੇਰਾ ਸਭ ਤੋਂ ਪਹਿਲਾਂ ਜਿਹੜੀ ਖਬਰ ਹੈ ਪਹਿਲਾਂ ਮੈਂ ਸੁਣਾਵਾਂ। ਵੀ ਇੱਕੋ ਤੁਸੀਂ ਮਤਲਬ ਮੈਨੂੰ ਨਾ ਇਹ ਚੀਜ਼ ਲੱਗਦੀ ਹੁੰਦੀ ਹੈ ਕਿ ਥੋੜ੍ਹਾ ਜਿਹਾ ਜਿਹੜੇ ਮੀਡੀਆ ਕਰਮੀ ਹੈ, ਮੇਰੀ ਆਪਦੀ ਪਰਸਨਲ ਐਡਵਾਈਸ ਇਹ ਹੈ ਜਾਂ ਮੇਰਾ ਓਪੀਨੀਅਨ ਮੰਨ ਲਓ ਵੀ ਮੇਰਾ ਮੰਨਣਾ ਇਹ ਹੈ ਕਿ ਨਵੀਂ ਜਿਹੜੀ ਜਨਰੇਸ਼ਨ ਹੈ ਨਾ ਉਹ ਜਿਸ ਹਿਸਾਬ ਨਾਲ ਤੁਸੀਂ ਖਬਰ ਪ੍ਰੈਜੈਂਟ ਕਰ ਰਹੇ ਹੋ ਦੇਖਣਾ ਪਸੰਦ ਨਹੀਂ ਕਰਦੇ। ਕੋਈ ਇੱਕ ਟਾਵਾਂ ਟਾਵਾਂ ਹੋਊਗਾ ਜਿਹੜਾ ਜਿਹਨੂੰ ਇਸ ਬਾਰੇ ਜਿਹਨੂੰ ਇੱਕ ਚਾਅ ਹੁੰਦਾ ਦੇਖਣ ਦਾ ਜਾਂ ਇੱਕ ਖਬਰ ਦੇਖਣ ਦਾ ਚਸਕਾ ਪਿਆ ਹੁੰਦਾ ਉਹੀ ਇੱਦਾਂ ਦੀ ਖਬਰ ਦੇਖਦਾ। ਤੁਸੀਂ ਲੜ ਰਹੇ ਹੋ, ਤੁਸੀਂ ਦਿਖਾ ਰਹੇ ਹੋ ਮੈਂ ਇਹ ਆਸੂ ਗੈਸ ਦਾ ਗੋਲਾ ਇੱਥੇ ਆਇਆ ਹੈ, ਇਹ ਇਹਨਾਂ ਨੇ ਬੰਬ ਮਤਲਬ ਜੇ ਉਹਨਾਂ ਨੇ ਸੁੱਟਿਆ ਹੋਇਆ ਤਾਂ ਮਤਲਬ ਐਡੀ ਪੁਲਿਸ ਕੱਚੀ ਹੈ ਵੀ ਤੁਹਾਨੂੰ ਐਵੀਡੈਂਸ ਦੇ ਦੂਗੀ ਜੀ। ਗੱਲ ਜੇ ਆਪਾਂ ਸੋਚਣ ਹੋ ਸਕਦਾ ਉਹਨਾਂ ਨੇ ਕੋਲੇ ਆਪ ਹੀ ਲੈ ਕੇ ਆਏ ਹੁਣ, ਕਿਉਂਕਿ ਹੈ ਤਾਂ ਉਹ, ਜਾਂ ਹੋ ਸਕਦਾ ਉੱਥੇ ਬਾਹਰ ਵੀ ਸੁੱਟੇ ਹੋਣ ਉਹਨਾਂ ਨੇ ਜੀ, ਪਰ ਉਹ ਪੁਲਿਸ ਨੂੰ ਚੱਕਣੇ ਤਾਂ ਬੰਦੇ ਸੀ ਨਾ ਵੀ ਇਹ ਕੀ ਹੈ ਕੀ ਨਹੀਂ ਹੈ। ਕੱਲ ਨੂੰ ਸੰਸਦ ਤੇ ਹਮਲਾ ਇੱਕ ਹਮਲਾ ਹੀ ਹੈ ਜੀ, ਜੇ ਤੁਸੀਂ ਵਿਦਆਊਟ ਐਨੀ ਪਰਮਿਸ਼ਨ ਤੁਸੀਂ ਐਂਟਰ ਕਰ ਰਹੇ ਹੋ ਸੰਸਦ ਚ, ਉਹ ਵੀ ਉੱਥੇ ਜਾ ਕੇ ਤੁਸੀਂ ਰੰਗ ਵਾਲੇ ਤੁਸੀਂ ਆਸੂ ਗੈਸ ਵਾਲੇ ਸੁੱਟ ਰਹੇ ਹੋ ਜੀ, ਤੇ ਇੱਕ ਹਮਲਾ ਨਹੀਂ ਤਾਂ ਕੀ ਹੈ? ਉਸ ਐਡੀ ਸੀਰੀਅਸ ਖਬਰ ਨੂੰ ਤੁਸੀਂ ਆਪਸ ਵਿੱਚ ਲੜੀ ਜਾਂਦੇ ਹੋ। ਦੋ ਤਿੰਨ ਸੀਨੀਅਰ ਪੱਤਰਕਾਰ ਜਿਹੜੇ ਆ ਉਹ ਜਿਵੇਂ ਝਪੱਟਾ ਨਹੀਂ ਮਾਰਦੇ, ਜਿਵੇਂ ਬੱਚੇ ਇੱਕ ਦੂਜੇ ਤੋਂ ਹੋਲੀ ਵਾਲੇ ਰੰਗ ਖੋਹਦੇ ਹੁੰਦੇ ਆ, ਜਿਵੇਂ ਗੁਬਾਰੇ ਦੇ ਪਿੱਛੇ ਆਪਾਂ ਭਾਈ ਨਹੀਂ ਲੈਂਦੇ ਵੀ ਮੈਂ ਝਪੱਟਾ ਮਾਰ ਕੇ ਖੋਲਾਂ ਜੀ, ਇਹ ਕਿੱਥੋਂ ਦੇ ਮਤਲਬ? ਇੱਕ ਔਰਤ ਪੱਤਰਕਾਰ ਵੀ ਹੈ, ਉਹ ਉਸ ਨੂੰ ਵੀ ਉਹ ਕਹਿ ਰਿਹਾ ਕਿ ਤੁਸੀਂ ਮੈਨੂੰ ਖਬਰ ਕਰ ਲਿਓ, ਕਹਿੰਦੇ ਤੁਸੀਂ ਕਰ ਲਈ ਮੈਨੂੰ ਫੜਾਓ ਪਹਿਲਾਂ। ਇਹ ਦੌੜ ਉੱਥੋਂ ਤੱਕ ਸੀਮਤ ਨਹੀਂ ਹੈ, ਆਪਾਂ ਜੇ ਆਪਾਂ ਕਹਿੰਦੇ ਨਾ ਕਿ ਸਹਿਣਸ਼ੀਲਤਾ ਸਹਿਜੇ ਚੱਲਣ ਵਾਲੀ, ਆਪਾਂ ਕਹਿੰਦੇ ਕਿ ਸਹਿਜੇ ਚੱਲਣਾ ਚਾਹੀਦਾ, ਜੇ ਖਬਰ ਵੀ ਆ ਉਹਨੂੰ ਸਹਿਜੇ। ਹੁਣ ਕੀ ਆ ਕਿ ਸਮਾਂ ਬੜੀ ਸਪੀਡ ਦਾ ਅਤੇ ਅਸੀਂ ਹਰ ਖਬਰ ਨੂੰ ਜਗਪ੍ਰੀਤ ਜੀ ਬਹੁਤ ਸਪੀਡ ਨਾਲ ਦਿਖਾਉਂਦੇ ਹਾਂ। ਨਹੀਂ ਨਹੀਂ ਮੈਂ ਜਿਵੇਂ ਕਈ ਵਾਰੀ ਆਪਾਂ ਦੇਖਦੇ ਨਾ ਖਬਰਾਂ, ਜਿਵੇਂ ਕਿਤੇ ਕੋਈ ਅੱਗ ਲੱਗ ਗਈ ਜਾਂ ਕਿਤੇ ਲੜਾਈ ਝਗੜਾ ਹੋ ਗਿਆ ਜਾਂ ਆਪਸ ਦੇ ਵਿੱਚ ਲੋਕ ਲੜ ਗਏ,
ਲਾਈ ਇੱਕ ਟਾਇਰ ਨੂੰ ਅੱਗ ਹੁੰਦੀ ਆ ਜਾਂ ਕਿਤੇ ਥੋੜ੍ਹੀ ਬਹੁਤੀ ਅੱਗ ਲੱਗੀ ਹੁੰਦੀ ਆ, ਤਾਂ ਅਸੀਂ ਆਪਾਂ ਵੀ ਵਿੱਚ ਹੀ ਹੁੰਦੇ ਹਾਂ ਵੈਸੇ ਉਸ ਚੀਜ਼ ਦੇ। ਕਈ ਵਾਰੀ ਕੈਮਰੇ ਦੇ ਸ਼ਾਟ ਇਸ ਐਂਗਲ ਤੋਂ ਲਏ ਜਾਂਦੇ ਨੇ ਕਿ ਐਂ ਲੱਗਦਾ ਜਿਹੜੇ ਦੇਖਣ ਵਾਲੇ ਕਿ ਪਤਾ ਨਹੀਂ ਕਿੱਡੀ ਕੁ ਸਾੜ ਫੂਕ ਹੋ ਗਈ। ਨਹੀਂ ਨਹੀਂ ਪੰਜ ਪੰਜ ਦਿਨ ਮੈਂ ਕੱਲ੍ਹ ਵੀ ਇੱਥੇ ਕੋਈ ਬ੍ਰੇਕਿੰਗ ਖਬਰ ਕਰ ਰਿਹਾ ਸੀਗਾ, ਲੋਰੈਂਸ ਬਿਸ਼ਨੋਈ ਨੇ ਆਪਣੇ ਹੱਥ ਪਿੱਛੇ ਖਿੱਚ ਲਏ ਨੇ, ਲੋਰੈਂਸ ਬਿਸ਼ਨੋਈ ਨੇ ਆਪਣੇ ਹੱਥ ਪਿੱਛੇ ਖਿੱਚ ਲਏ ਨੇ। ਮੈਂ ਤੁਹਾਨੂੰ ਦੱਸਣਾ ਚਾਹ ਰਿਹਾ, ਲੋਰੈਂਸ ਬਿਸ਼ਨੋਈ ਨੇ ਆਪਣੇ ਹੱਥ ਪਿੱਛੇ ਖਿੱਚ ਲਏ ਨੇ। ਮੈਨੂੰ ਪਹਿਲੀ ਵਾਰੀ ਸਮਝ ਆ ਗਿਆ ਵੀ ਲੋਰੈਂਸ ਬਿਸ਼ਨੋਈ ਮੁੱਕਰ ਗਿਆ ਆਪਦੇ ਉਹਦੇ ਤੋਂ, ਹਨਾ। ਮੈਨੂੰ ਪਹਿਲੀ ਵਾਰੀ ਸਮਝ ਬਾਰ ਬਾਰ ਦੱਸਣਾ, ਪੰਜ ਵਾਰੀ ਉਸ ਐਂਕਰ ਨੇ ਰਿਪੀਟ ਕੀਤੀ ਇਹ ਖਬਰ ਚਲਾ। ਹੋ ਸਕਦਾ ਫਿਰ ਕਿਉਂਕਿ ਤੁਸੀਂ ਉਦੋਂ ਜਦੋਂ ਉਹਨੇ ਪਹਿਲੀ ਵਾਰ ਰਿਪੀਟ ਕੀਤੀ ਗੱਲ ਸੁਣਾਈ ਉਦੋਂ ਤੁਸੀਂ ਸੁਣਦੇ ਹੋ, ਦੂਜੀ ਵਾਰ ਦੂਸਰਾ ਬੰਦਾ ਸੁਣ ਰਿਹਾ ਹੋਵੇ। ਇਸ ਕਰਕੇ ਵੀ ਹੁੰਦਾ ਕਈ ਵਾਰੀ ਕਹਿੰਦੇ ਕਿ ਵੀ ਬਾਰ ਬਾਰ ਦੱਸੋ ਕਿਉਂਕਿ ਲੋਕ ਜੋੜਨੇ ਹੁੰਦੇ ਆ। ਗੈਪ ਪਾ ਕੇ ਦੱਸ ਲਓ। ਹਾਂ ਬਿਲਕੁਲ, ਮੈਂ ਉਹੀ ਜਿਹੜਾ ਬੰਦਾ ਖਬਰ ਨਾਲ ਜੁੜਿਆ ਹੈ ਉਹ 2-3 ਮਿੰਟ ਵੇਟ ਤਾਂ ਕਰੂਗਾ ਨਾ। ਉਹੀ ਗੱਲ ਹੈ ਨਾ ਜੀ, ਕਲਿੱਕ ਬੇਟ ਦੀ ਜਿੱਥੇ ਆਪਾਂ ਗੱਲ ਕਰਦੇ ਆ ਵੀ ਵੀ ਕਲਿੱਕ ਬੇਟ ਚੱਲ ਰਿਹਾ ਸਿਸਟਮ, ਸਾਰਾ ਕੁਝ ਲੋਕ ਇਹ ਦੇਖਦੇ ਆ ਵਿਊ। ਤੁਹਾਡਾ ਪ੍ਰੋਗਰਾਮ ਦੇਖਿਆ ਨਹੀਂ ਦੇਖਿਆ ਵੱਖਰਾ ਮਸਲਾ ਹੈ। ਕੱਲ ਮੈਂ ਚਲੋ ਆਪਦੇ ਐਂਗਲ ਤੋਂ ਤਾਂ ਮੈਨੂੰ ਪਤਾ ਹੈ, ਤੁਸੀਂ ਮੈਨੂੰ ਇਹ ਗੱਲ ਦੱਸੋ ਵੀ ਜੇ ਤੁਸੀਂ ਹੁੰਦੇ, ਤੁਸੀਂ ਦੇਖ ਰਹੇ ਹੋ ਐਜ਼ ਅ ਵਿਊਅਰ, ਮੈਂ ਤੁਹਾਨੂੰ ਪੁੱਛ ਰਿਹਾ, ਐਜ਼ ਅ ਵਿਊਅਰ ਤੁਸੀਂ ਉਹ ਖਬਰ ਦੇਖ ਰਹੇ ਹੋ ਨਹੀਂ, ਮੈਨੂੰ ਬਹੁਤ ਜਿੱਥੇ ਉਹ ਲੜ ਰਹੇ ਆ, ਇੱਕ ਉਹਦੇ ਪਿੱਛੇ ਹੱਥੋਂ ਪਾਈ ਹੋ ਗਏ, ਬਸ ਤੁਸੀਂ ਬਹੁਤ ਦਿਖਾ ਲਿਆ, ਤੁਸੀਂ 2 ਮਿੰਟ ਦਿਖਾ ਲਿਆ, ਤੁਸੀਂ 3 ਮਿੰਟ ਭੱਜ ਰਹੇ ਨੇ, ਹੁਣ ਸਾਡੀ ਵਾਰੀ, ਹਨਾ। ਤੁਸੀਂ ਐਜ਼ ਅ ਵਿਊਅਰ ਤੁਸੀਂ ਕਿਵੇਂ ਦੇਖਦੇ ਹੋ? ਬਿਲਕੁਲ, ਮੈਨੂੰ ਤਾਂ ਐਂ ਲੱਗਦਾ ਕੋਈ ਕਿਸੇ ਫਿਲਮ ਦਾ ਕਾਮੇਡੀ ਸੀਨ ਹੁੰਦਾ ਹੈਗਾ, ਤੇ ਪਰ ਉਹ ਵੇਖੋ ਕਿੰਨੀ ਵੀਡੀਓ ਵਾਇਰਲ ਹੋ ਰਹੀ ਹੈ ਕਿ ਵੀ ਇੱਕ ਦੂਜੇ ਤੋਂ ਖੋ ਕੇ ਤੁਸੀਂ ਕੀ ਦਿਖਾਉਣਾ ਚਾਹੁੰਦੇ ਹੋ, ਤੁਸੀਂ ਗੱਲ ਹੀ ਦੱਸਣੀ ਨਾ, ਤੁਸੀਂ ਆਪਣੇ ਤਰੀਕੇ ਨਾਲ ਹੋਰ ਐਂਗਲ ਤੋਂ ਦੱਸ ਦਿਓ। ਉਹ ਬੰਬ ਚੱਕ ਕੇ ਪਤਾ ਨਹੀਂ ਤੁਸੀਂ ਕੀ ਸ਼ੋਅ ਕਰਨਾ ਚਾਹੁੰਦੇ ਹੋ ਕਿ ਸਭ ਤੋਂ ਪਹਿਲਾਂ ਸਾਡੇ ਕੋਲ ਇਹ ਸਬੂਤ ਹੱਥ ਲੱਗਿਆ ਗਿਆ ਇੱਕ ਦੂਜੇ ਤੋਂ ਕਾਲ ਦੇ ਵਿੱਚ ਕਿ ਖਬਰ ਦਾ ਵੀ ਸੱਤਿਆਨਾਸ਼ ਵੱਜ ਜਾਂਦਾ ਹੈਗਾ। ਸੱਤਿਆਨਾਸ਼ ਤਾਂ ਚਲੋ ਭਗਤਾ ਜੀ ਜਿਹੜਾ ਮਾਰਨਾ ਮਾਰੇ ਦਿੱਤਾ, ਮੈਨੂੰ ਇਹ ਨਹੀਂ ਸਮਝ ਆਉਂਦੀ। ਇੱਕ ਦੌੜ ਹੈ ਜੌਬ ਦੀ ਲਾ ਲਓ, ਇੱਕ ਦੌੜ ਹੈ ਵੀ ਤੁਸੀਂ ਆਪਦੇ ਆਪ ਨੂੰ ਪ੍ਰੂਫ ਕਰਨ ਦੀ ਲਾ ਲਓ, ਹਨਾ। ਇਹ ਤੁਸੀਂ ਬੇਸਿਕ ਬੇਸਿਕ ਜੀ ਚੀਜ਼ ਹੈ। ਇੱਕ ਵੀ ਤੁਸੀਂ ਜੇ ਖਬਰ ਦਿਖਾਉਣੀ ਵੀ ਹੈ ਕਿਸੇ ਨੂੰ ਜੀ, ਤੁਸੀਂ ਪਿਆਰ ਨਾਲ ਤੁਸੀਂ ਉਹਨੂੰ ਸਮਝਾਉਣ ਦਾ ਤਰੀਕਾ ਹੁੰਦਾ ਜੀ, ਹਨਾ। ਵੀ ਧਰੁਵ ਰਾਠੀ ਵੀ ਕਰਦਾ ਹੈ, 2-4 ਹੋਰ ਬੰਦੇ ਵੀ ਅਜੇ ਨੇ ਜਿਹੜੇ ਖਬਰ ਨੂੰ ਸਮਝਾਉਂਦੇ ਨੇ ਆਪਦੇ। ਡੀ ਰਵੀਸ਼ ਕੁਮਾਰ ਨੇ ਜੀ ਬੜੇ ਵਧੀਆ ਐਂਕਰ ਮੈਨੂੰ ਲੱਗਦੇ ਨੇ, ਬੜੇ ਪਿਆਰ ਨਾਲ ਸਾਰੀਆਂ ਗੱਲਾਂ ਸਮਝਾ ਜਾਂਦੇ ਨੇ, ਕੋਈ ਕਾਲ ਨਹੀਂ ਹੁੰਦੀ, ਹਨਾ। ਇਹ ਮਤਲਬ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਟ੍ਰੈਂਡ ਆਇਆ ਕਿੱਥੋਂ। ਬਿਲਕੁਲ, ਇਸ ਚੀਜ਼ ਤੋਂ ਦੂਰ ਹੋਣਾ ਚਾਹੀਦਾ ਹੈਗਾ ਸਾਨੂੰ, ਸਾਰੇ ਜਿੰਨੇ ਵੀ ਪੱਤਰਕਾਰਤਾ ਇਸ ਫੀਲਡ ਨਾਲ ਜੁੜੇ ਹੋਏ ਨੇ, ਪੰਜਾਬ ਦੀ ਗੱਲ ਜਾਂ ਆਪਾਂ ਨੈਸ਼ਨਲ ਮੀਡੀਆ ਦੀ ਗੱਲ ਕਰਦੇ ਹਾਂ, ਮਤਲਬ ਤਾਂ ਕਿਸੇ ਦੀ ਵੀ, ਤਾਂ ਸਾਨੂੰ ਜਿਹੜੀ ਚੀਜ਼ ਹੈ ਉਸਨੂੰ ਉਸੇ ਤਰ੍ਹਾਂ ਦਿਖਾਉਣਾ ਚਾਹੀਦਾ। ਅਕਸਰ ਜਿਵੇਂ ਆਪਾਂ ਟੈਗ ਲਾਈਨਾਂ ਵੀ ਦਿੰਦੇ ਹਾਂ, ਕਈ ਵਾਰੀ ਉਸ ਖਬਰ ਦੇ ਵਿੱਚ ਵੀ ਉਹ ਗੱਲ ਨਹੀਂ ਹੁੰਦੀ ਜਿਹੜੀ ਤੁਸੀਂ ਕਹਿੰਦੇ ਹੋ ਕਿ ਜਿਹੜੀ ਤੁਸੀਂ ਬਿਸ਼ਨੋਈ ਵਾਲੀ ਗੱਲ ਦੱਸ ਰਹੇ ਹੋ, ਤਾਂ ਕਈ ਵਾਰੀ ਉਹ ਖਬਰ ਦੇ ਵਿੱਚ ਉਹ ਗੱਲ ਨਹੀਂ ਹੁੰਦੀ ਜਿਹੜੀ ਉੱਤੇ ਲਿਖੀ ਹੁੰਦੀ ਹੈ, ਅਤੇ ਬਾਅਦ 'ਚ ਬੰਦਾ ਜਦੋਂ ਦੇਖਦਾ ਪੂਰੀ ਤਾਂ ਉਸ ਤੋਂ ਬਾਅਦ ਬੰਦਾ 50 ਗਾਲਾਂ ਕੱਢਦਾ ਥੱਲੇ ਕਮੈਂਟਾਂ ਦੇ ਵਿੱਚ ਵੀ ਗੱਲ ਦਾ ਵਿੱਚ ਕੋਈ ਹੈ ਨਹੀਂ ਸੀਗੀ। ਮੈਂ ਤੁਹਾਨੂੰ ਉਹੀ ਤਾਂ ਗੱਲ ਕਰ ਰਿਹਾ ਨਾ ਵੀ ਤੁਸੀਂ ਇੱਕੋ ਚੀਜ਼ 'ਤੇ ਰੌਲਾ ਪਾਈ ਜਾਓਗੇ ਵੀ ਹਾਂ ਇਹ ਹੋ ਗਿਆ, ਇਹ ਹੋ ਗਿਆ, ਇਹ ਹੋ ਗਿਆ, ਅੱਗ ਲੱਗ ਗਈ ਹੈ, ਅੱਗ ਲੱਗ ਗਈ ਹੈ, ਉੱਥੇ ਅੱਗ ਲੱਗ ਗਈ ਹੈ। ਅੱਗ ਤਾਂ ਲੱਗ ਗਈ ਆ, ਜਿਹੜੇ ਜਿਹੜੀ ਅੱਗ ਤੁਸੀਂ ਲਾ ਰਹੇ ਹੋ, ਮਤਲਬ ਜਿਹੜੀ ਤੁਸੀਂ ਲਾ ਰਹੇ ਹੋ, ਤੁਸੀਂ ਇਹ, ਤੁਸੀਂ ਇੱਕ ਆਪਾਂ ਕਹਿ ਦਿੰਦੇ ਹਾਂ ਨਾ ਵੀ ਪੱਤਰਕਾਰ ਤਾਂ ਚੌਥਾ ਥੰਬ ਹੈ, ਹਨਾ। ਇੱਕ ਤੁਸੀਂ ਆਪਦੇ ਆਪਦੀ ਰਿਸਪੋਂਸੀਬਿਲਟੀ ਸਮਝਣੀ ਪੈਣੀ ਤੁਹਾਨੂੰ ਜੀ। ਜੇ ਉੱਥੇ ਕੋਈ ਨਹੀਂ ਆ ਰਿਹਾ, ਕੋਈ ਮੈਡੀਕਲ ਫੈਸਿਲਿਟੀ ਨਹੀਂ ਆ ਰਹੀ, ਕੋਈ ਉੱਥੇ ਫਾਇਰ ਬ੍ਰਿਗੇਡ ਨਹੀਂ ਆ ਰਹੀ, ਜਾਂ ਉੱਥੋਂ ਦੇ ਇੰਤਜ਼ਾਮ ਦਿਖਾਓ ਵੀ ਸਰਕਾਰ ਕਿੱਥੇ ਘੱਟ ਹੈ ਜੀ, ਕਿੱਥੇ ਕਮੀ ਰਹਿ ਗਈ, ਵੀ ਇਹ ਹੈਂਡਲ ਕਰਨ 'ਚ ਕਿੱਥੇ ਕਮੀ ਰਹਿ ਗਈ, ਤੁਸੀਂ ਉਹ ਚੀਜ਼ ਦਿਖਾਓ ਨਾ। ਤੁਸੀਂ ਤਾਂ ਹੋਰ ਹੀ ਕੰਮਾਂ ਨੂੰ ਤੁਰੇ ਬੈਠੇ ਹੋ, ਇਹ ਇੱਥੇ ਨਹੀਂ ਹੋ ਰਿਹਾ, ਇਹ ਹੋ ਰਿਹਾ ਹੈ, ਇਹ ਹੋ ਰਿਹਾ, ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਐਕਸਕਲੂਸਿਵਲੀ ਦਿਖਾ ਰਹੇ ਹਾਂ, ਬਾਅਦ 'ਚ ਤਾਂ ਹੁਣ ਤੁਸੀਂ ਦਿਖਾ ਰਹੇ ਹੋ ਜੀ, ਉਹ 10 ਮਿੰਟਾਂ ਬਾਅਦ ਸਾਰੇ ਚੈਨਲਾਂ 'ਤੇ ਚੱਲ ਜਾਣਗੇ।
ਸੋ ਮੈਂ ਇਹ ਨਹੀਂ ਕਹਿੰਦਾ ਪੱਤਰਕਾਰਤਾ ਤਾਂ ਮਜ਼ਾਕ ਨਾ ਬਣਾਇਆ ਜਾਵੇ ਜੀ, ਬੜੀ ਰਿਸਪੋਂਸਿਬਿਲਟੀ ਵਾਲੀ ਗੱਲ ਹੈ। ਜੇ ਤੁਸੀਂ ਨਹੀਂ ਬਣ ਸਕਦੇ ਜਾਂ ਨਹੀਂ ਉਦਾਂ ਦੀ ਪੇਸ਼ਕਸ਼ ਕਰ ਸਕਦੇ ਵੀ ਪਿਆਰ ਨਾਲ ਸਹਿਜੇ, ਹੈ ਨਾ, ਵੀ ਤੁਸੀਂ ਕਹਿ ਦਿੰਦੇ ਹੋ ਵੀ ਖਬਰ ਦੀ ਜੜ੍ਹ ਤੱਕ ਜਾ ਕੇ ਪੱਤਰਕਾਰ ਇੱਕ ਖਬਰ ਕੱਢਦਾ, ਵੀ ਇਹ ਰਿਸਰਚ ਜਿੱਥੇ ਰਿਸਰਚ ਬੇਸ ਹੋਣੀ ਚਾਹੀਦੀ ਹੈ ਪੱਤਰਕਾਰਤਾ, ਉੱਥੇ ਆਪਾਂ ਹੋਰ ਹੀ ਗੱਲਾਂ 'ਚ ਤੁਰੇ ਫਿਰਦੇ ਹਾਂ। ਲੋਕ ਵੀ ਦੇਖ ਰਹੇ ਨੇ, ਬੜੇ ਹੱਸਦੇ ਆ ਲੋਕ ਤਾਂ। ਖੈਰ ਜੀ, ਮੇਰੀ ਕੱਲ੍ਹ ਵੀ 2-3 ਯੰਗਸਟਰ ਨਾਲ ਗੱਲ ਹੋਈ, ਉਹ ਹੱਸਣ ਲੱਗ ਗਏ। ਬੜੀ ਰੀਲ ਵੀ ਵਾਇਰਲ ਹੋ ਰਹੀ ਹੈ ਇੰਸਟਾਗ੍ਰਾਮ ਤੇ ਵੀ ਤੇ ਫੇਸਬੁੱਕ ਤੇ ਵੀ, ਜੀ ਹੱਸਦੇ ਲੋਕ ਹੱਸਦੇ ਨੇ ਵੀ ਯਾਰ ਇਹ ਕੀ ਜਲੂਸ ਕੱਢੀ ਜਾਂਦੇ ਆ ਜੀ। ਤੇ ਉਮੀਦ ਕਰਦੇ ਆ ਵੀ ਏਦਾਂ ਦਾ ਅੱਗੇ ਤੋਂ ਨਾ ਵਾਪਰੇ ਵਾਪਰੇ ਕੁਛ, ਕਿ ਪੱਤਰਕਾਰਤਾ ਦਾ ਮਜ਼ਾਕ ਨਾ ਹੋਵੇ ਜੀ।